ਦੇਖੋ ਜੀ, ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਪੰਜਾਬੀ ਜਿਹੜੀ ਬੋਲੀ ਹੈ, ਜਿਹੜੀ ਪੰਜਾਬੀ ਭਾਸ਼ਾ, ਉਹ ਅਸੀਂ ਸਰਕਾਰੀ ਗੈਰ ਸਰਕਾਰੀ ਜਿੰਨੇ ਵੀ ਅਦਾਰੇ ਹੈ, ਕੋਈ ਦੁਕਾਨਾਂ ਨੇ, ਉਹਨਾਂ ਦੇ ਬਾਹਰ ਲਿਖਣੀ ਜਿਹੜੀ ਹੈ ਉਹ ਲਾਜ਼ਮੀ ਜਿਹੜੀ ਹੈ ਉਹ ਕਰਨੀ ਹੈ। ਵੈਸੇ ਤਾਂ ਦੇਖੋ ਇਹ ਪੰਜਾਬੀ ਸੂਬਾ ਹੈਗਾ, ਬਹੁਤ ਪਹਿਲਾਂ ਇਹ ਜਿਹੜੇ CM ਰਹੇ ਨੇ ਕੋਈ ਵੀ ਉਹਨਾਂ ਵੱਲੋਂ ਹੋ ਜਾਣਾ ਚਾਹੀਦਾ ਸੀ, ਪਰ ਕਿਉਂਕਿ ਭਗਵੰਤ ਮਾਨ ਜੀ ਮਿੱਟੀ ਨਾਲ ਜੁੜੇ ਹੋਏ, ਪੰਜਾਬੀ ਨਾਲ ਜੁੜੇ ਹੋਏ, ਪੰਜਾਬੀ ਨੂੰ ਪਿਆਰ ਕਰਨ ਵਾਲੇ ਮੁੱਖ ਮੰਤਰੀ, ਉਹਨਾਂ ਨੇ ਐਲਾਨ ਪਿਛਲੇ ਦਿਨ ਹੀ ਕੀਤਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ 21 ਫਰਵਰੀ ਤੱਕ ਸਾਰਿਆਂ ਲਈ ਕਰਨਾ ਇਹ ਲਾਜ਼ਮੀ ਹੈ, ਜਿਹੜੇ ਨਹੀਂ ਕਰਨਗੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਵਿਰੁੱਧ ਜਿਹੜੀ ਕੋਈ ਕਾਰਵਾਈ, ਕੋਈ ਫਾਈਨ ਜਿਹੜਾ ਉਹ ਰੱਖਿਆ ਜਾਊਗਾ। ਪਰ ਸਾਡੀ ਕੋਸ਼ਿਸ਼ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ, ਇਹਨੂੰ ਅਸੀਂ ਇੱਕ ਮੁਹਿੰਮ ਬਣਾਈਏ, ਪੰਜਾਬੀ ਨੂੰ ਵੀ ਘੱਟੋ ਘੱਟ ਲਾਗੂ ਕਰਵਾਉਣ ਦੇ ਲਈ ਸਾਨੂੰ ਸਮਝਦੇ ਹਾਂ, ਕਿਉਂਕਿ ਇਹ 3.25 ਕਰੋੜ ਜਿਹੜੇ ਪੰਜਾਬੀ ਆ, ਸਾਡੀ ਸਾਰੇ ਜ਼ਿੰਮੇਵਾਰੀ ਹੈ। ਇਹਦੇ ਲਈ ਵੀ ਮੈਨੂੰ ਲੱਗਦਾ ਕਿ ਸਾਨੂੰ ਸਖਤੀ ਕਰਨ ਦੀ ਜ਼ਰੂਰਤ ਨਾ ਪਵੇ। ਸਾਨੂੰ ਸਾਰੇ ਹੀ, ਅਸੀਂ ਪੰਜਾਬੀ ਬੋਲਦੇ ਹਾਂ, ਪੰਜਾਬੀ ਪੜ੍ਹਦੇ ਹਾਂ, ਪੰਜਾਬੀ ਨੂੰ ਪਿਆਰ ਕਰਦੇ ਹਾਂ, ਅਸੀਂ ਸਾਰੇ ਹੀ ਆਪਣੇ ਆਪ, ਕੋਈ ਕਿਸੇ ਦਾ, ਕੋਈ ਪ੍ਰਾਈਵੇਟ ਸਕੂਲ ਹੈ, ਕੋਈ ਦੁਕਾਨ ਹੈ, ਕੋਈ ਮੌਲ ਹੈ, ਜਾਂ ਕੋਈ ਵੱਡੀ ਕੋਈ ਇੰਟਰਨੈਸ਼ਨਲ ਚੇਨ ਵੀ ਹੈ, ਉਹਨਾਂ ਸਾਰਿਆਂ ਨੂੰ ਹੀ, ਕਿਉਂਕਿ ਰਹਿੰਦੇ ਤਾਂ ਅਸੀਂ ਪੰਜਾਬ 'ਚ ਹੀ ਹਾਂ ਨਾ, ਜੰਮੇ ਪੰਜਾਬ 'ਚ ਆ, ਖਾਂਦੇ ਪੰਜਾਬ ਦਾ, ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਪੰਜਾਬੀ ਆਪਣੇ ਆਪ ਲਿਖੀਏ। ਸੋ ਇਹਦੀ ਸ਼ੁਰੂਆਤ ਅੱਜ ਇੱਥੋਂ ਜਲੰਧਰ ਤੋਂ ਕੀਤੀ ਗਈ ਹੈ, ਕ੍ਰੀਮਿਕਾ ਜਲੰਧਰ ਦੀ, ਸੁਪਰ ਕ੍ਰੀਮਿਕਾ ਜਲੰਧਰ ਦੀ ਮਸ਼ਹੂਰ ਜਿਹੜੀ ਬਹੁਤ ਪੁਰਾਣੀ, ਤਕਰੀਬਨ 50 ਸਾਲ ਤੋਂ ਜ਼ਿਆਦਾ ਪੁਰਾਣੀ ਇਹ ਦੁਕਾਨ ਹੈ। ਮੈਂ ਅਸ਼ੋਕ ਜੀ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਪੰਜਾਬੀ ਦਾ ਜਿਹੜਾ ਅੱਜ ਇੱਥੇ ਬੋਰਡ ਲਾ ਕੇ ਇਹਦੀ ਸ਼ੁਰੂਆਤ ਕੀਤੀ ਹੈ। ਮੈਂ ਬਾਲੂ ਭਾਅ ਜੀ ਨੂੰ ਮੁਬਾਰਕਬਾਦ ਦਿੰਦਾ, ਮਾਨ ਜੀ ਨੂੰ ਮੁਬਾਰਕਬਾਦ ਦਿੰਦਾ, ਅਰੋੜਾ ਸਾਹਿਬ ਦੇ ਹਲਕੇ ਸਾਡੇ ਵਿਧਾਇਕ ਜੀ ਇੱਥੇ ਮੌਜੂਦ ਹੈ, ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ। ਅਤੇ ਆਉਣ ਵਾਲੇ ਸਮੇਂ 'ਚ ਜਿੱਥੇ ਅਸੀਂ ਇਹਨੂੰ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਉੱਥੇ ਮੈਂ ਸਮੁੱਚੇ ਪੰਜਾਬੀਆਂ ਨੂੰ, ਸਾਰੇ ਦੁਕਾਨਦਾਰਾਂ ਨੂੰ, ਸਾਰੇ ਜੋ ਵੀ ਅਦਾਰੇ ਚਲਾ ਰਹੇ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਸਾਡੀ ਜਿਹੜੀ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਲਈ, ਪੰਜਾਬੀ ਮਾਂ ਬੋਲੀ ਦੀ ਅਸੀਂ ਜਿਹੜੀਆਂ ਇਹ ਕਹਿ ਲਓ ਵੀ ਬਾਹਰ ਪਲੇਟਸ ਹੈ, ਸਾਰੇ ਪੰਜਾਬ ਦੇ ਵਿੱਚ ਇਹਨੂੰ ਮੁਹਿੰਮ ਬਣਾਈਏ, ਸਾਰੇ ਇਹਦੇ 'ਚ ਜਿਹੜਾ ਸਾਥ ਦੇਣ, ਤਾਂ ਕਿ ਸਾਡੇ ਜਿਹੜੇ ਬੱਚੇ ਵੀ, ਕੋਈ ਬੱਚਾ ਕੱਲ੍ਹ ਨੂੰ ਇਸ ਦੁਕਾਨ 'ਤੇ ਆਊਗਾ ਤਾਂ ਅੰਗਰੇਜ਼ੀ ਦੇ ਨਾਲ ਨਾਲ ਉੱਪਰ ਪੰਜਾਬੀ ਲਿਖੀ ਵੀ ਪੜ੍ਹੂਗਾ। ਸਾਡਾ ਦੇਖੋ ਕੋਈ ਕਿਸੇ ਹਿੰਦੀ ਅੰਗਰੇਜ਼ੀ ਦੇ ਨਾਲ ਵਿਰੋਧ ਨਹੀਂ, ਸਾਡਾ ਇਹ ਹੈ ਵੀ ਭਾਈ ਸਾਡੀ ਮਾਂ ਬੋਲੀ ਜਿਹੜੀ ਹੈ ਉਹ ਪਹਿਲੇ ਨੰਬਰ 'ਤੇ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਪ੍ਰਬੰਧ ਕਰਾਂਗੇ। ਜਿਹੜੀ ਹਿੰਦੀ ਅਤੇ ਜਿਹੜੀ ਇੰਗਲਿਸ਼ ਹੋਊਗੀ ਜਾਂ ਉਰਦੂ ਕੋਈ ਵੀ ਭਾਸ਼ਾ ਹੈ, ਉਹਦੇ ਮੁਕੰਮਲ ਉਹਦੇ 'ਤੇ ਤੁਸੀਂ ਪਾਬੰਦੀ ਲਾ ਰਹੇ ਹੋ ਕਿ ਜਾਂ ਸੈਕੰਡਰੀ? ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਚਾਹੇ ਕੋਈ 22 ਭਾਸ਼ਾ 'ਚ ਨਾਲ ਹੋਰ ਲਿਖ ਲਿਆ, ਕੋਈ ਫਰੈਂਚ 'ਚ ਲਿਖੇ, ਕੋਈ ਅੰਗਰੇਜ਼ੀ 'ਚ ਲਿਖੇ, ਨਾਲ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ, ਜਿਹੜੀ ਮਰਜ਼ੀ ਭਾਸ਼ਾ 'ਚ ਲਿਖੇ ਪਰ ਪੰਜਾਬੀ 'ਚ ਨਾਲ ਜ਼ਰੂਰ ਲਿਖੇ ਮੰਤਰੀ ਸਾਹਿਬ, ਕਿਉਂਕਿ ਕੋਈ ਇੱਥੇ ਬੱਚਾ ਆ ਰਿਹਾ ਹੈ ਨਾ, ਕੋਈ ਬਾਹਰਲੇ ਸੂਬੇ ਤੋਂ ਆ ਰਿਹਾ, ਘੱਟੋ ਘੱਟ ਉਹਨੂੰ ਪਤਾ ਤਾਂ ਲੱਗੇ ਉੱਪਰ ਪੜ੍ਹ ਕੇ ਮੈਂ ਪੰਜਾਬ 'ਚ ਖੜ੍ਹਾਂ, ਉੱਪਰ ਪੰਜਾਬੀ ਲਿਖੀ ਹੋਈ ਹੈ। ਸੋ ਸਾਡਾ ਕਿਸੇ ਭਾਸ਼ਾ ਨਾਲ ਕੋਈ ਵਿਰੋਧ ਨਹੀਂ, ਸਾਡਾ ਪੰਜਾਬੀ ਨਾਲ ਸਾਡੀ ਮਾਂ ਬੋਲੀ ਹੈ, ਇਹਦੇ ਨਾਲ ਪਿਆਰ ਹੈ, ਇਸ ਕਰਕੇ ਪੰਜਾਬੀ ਪਹਿਲਾਂ। ਮੰਤਰੀ ਸਾਹਿਬ, ਕੋਈ ਵਿਚਾਰ ਰੱਖਿਆ ਗਿਆ ਜਦੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਬੋਰਡ ਪੰਜਾਬੀ ਦੀ ਨਜ਼ਰ ਆਉਣਗੇ? 21 ਫਰਵਰੀ ਜਿਹੜਾ ਇੰਟਰਨੈਸ਼ਨਲ ਜਿਹੜਾ ਲੈਂਗੁਏਜ ਹੋ ਰਿਹਾ, ਉਦੋਂ ਤੱਕ ਸਾਡਾ ਇਹ ਟੀਚਾ ਹੈਗਾ ਕਿ ਅਸੀਂ ਉਦੋਂ ਤੱਕ ਇਹਨੂੰ ਮੁਹਿੰਮ ਬਣਾ ਕੇ ਅਸੀਂ ਲੋਕਾਂ ਨੂੰ ਨਾਲ ਜੋੜੀਏ, ਅਸੀਂ ਲੋਕਾਂ ਨੂੰ ਨਾਲ ਲੈ ਕੇ ਇਹ ਸਾਰੇ ਬੋਰਡ ਅਸੀਂ ਪੰਜਾਬੀ ਦੇ ਵਿੱਚ ਕਰੀਏ। ਪਰ ਜੇ ਉਸ ਤੋਂ ਬਾਅਦ ਵੀ ਜੇ ਕੋਈ ਨਹੀਂ ਕਰੂਗਾ ਤਾਂ 21 ਫਰਵਰੀ ਤੋਂ ਬਾਅਦ ਅਸੀਂ ਜਿਹੜਾ ਸ਼ੁਰੂ ਕਰ ਰਹੇ ਹਾਂ ਕਿ ਜਿਹੜਾ ਫਾਈਨ ਹੈ ਜਿਹੜਾ ਉਹ ਉਹਨਾਂ ਲੋਕਾਂ 'ਤੇ ਲਾਇਆ ਜਾਵੇ ਜਿਹੜੇ ਉਸ ਤੋਂ ਬਾਅਦ ਵੀ ਜਿਹੜੇ ਹੋਇਆ ਨਹੀਂ। ਸਰ, SYL ਮੁੱਦੇ ਨੂੰ ਲੈ ਕੇ ਜ਼ਰੂਰਤ ਨਾ ਪਵੇ। ਸਰ, SYL ਮੁੱਦੇ ਨੂੰ ਲੈ ਕੇ 4 ਜਨਵਰੀ ਨੂੰ ਦੁਬਾਰਾ ਮੀਟਿੰਗ ਹੋਣ ਲੱਗੀ ਹੈ, ਲੱਗਦਾ ਇਸ ਵਾਰੀ ਕੋਈ ਸਿੱਟਾ ਨਿਕਲੂਗਾ? ਉਹਦੇ ਲਈ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲਾਂ ਵੀ ਬਿਲਕੁਲ ਜਿਹੜੀ ਮੀਟਿੰਗ ਹੋਈ ਸੀ ਦੋਨੇ ਮੁੱਖ ਮੰਤਰੀਆਂ ਦੀ, ਸਾਡਾ ਸਟੈਂਡ ਉਹਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤੀ ਸੀ, ਪਾਣੀਆਂ ਦੀ ਪਹਿਲਾਂ ਹੀ ਵੰਡ ਜਿਹੜੀ ਆ ਉਹ ਨਹੀਂ ਸਹੀ ਹੋਈ। ਪੰਜਾਬ ਕੋਲ ਤੁਪਕਾ ਪਾਣੀ ਦਾ ਜਿਹੜਾ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬੇ ਨੂੰ ਦੇਣ ਲਈ ਹੈ ਹੀ ਨਹੀਂ, ਸੋ ਇਸੇ ਕਰਕੇ ਕੋਈ ਸਵਾਲ ਹੀ ਜਿਹੜਾ ਉਹ ਨਹੀਂ ਪੈਦਾ।